ਨਾਭਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਦਿਲਬਾਗ ਸਿੰਘ ਬਾਘਾ ਨਾਮ ਦਾ ਬੰਦੀ ਸਿੰਘ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਤੇ ਰਿਹਾਅ ਕਰ ਦਿੱਤਾ ਗਿਆ ਹੈ। ਦਿਲਬਾਗ ਸਿੰਘ ਬਾਘਾ 1999 ਤੋਂ ਜੇਲ੍ਹ ਵਿੱਚ ਬੰਦ ਸੀ ਅਤੇ ਕੁਝ ਸਮਾਂ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ 2017 ਤੋਂ ਲਗਾਤਾਰ ਨਾਭਾ ਮੈਕਸੀਮਮ ਸਿਕਿਉਰਿਟੀ ਜੇਲ੍ਹ ਵਿੱਚ ਬੰਦ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਦੀ ਰਿਹਾਈ ਬਰਗਾੜੀ ਮੋਰਚੇ ਨੂੰ ਚੁੱਕਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਬਰਗਾੜੀ ਮੋਰਚੇ ਨੂੰ ਖਤਮ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਸਾਹਮਣੇ ਹੋਰ ਸ਼ਰਤਾਂ ਦੇ ਨਾਲ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਸ਼ਰਤ ਰੱਖੀ ਗਈ ਸੀ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਸੀ, ਜਿਸ ਦੀ ਪੁਸ਼ਟੀ ਦਿਲਬਾਗ ਸਿੰਘ ਦੀ ਰਿਹਾਈ ਤੋਂ ਹੋ ਰਹੀ ਹੈ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਤੋਂ ਬਾਹਰ ਹੋਰ ਰਾਜਾਂ ਵਿੱਚ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਹੈ ਉੱਥੇ ਆਉਣ ਵਾਲੇ ਸਮੇਂ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਹੋਰ ਬੰਦੀ ਸਿੰਘ ਵੀ ਰਿਹਾਅ ਕੀਤੇ ਜਾ ਸਕਦੇ ਹਨ। ਦੱਸ ਦਈਏ ਕਿ ਦਿਲਬਾਗ ਸਿੰਘ ਬਾਘਾ ਦੀ ਇਹ ਰਿਹਾਈ ਦੇ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਦੇ ਹੋਏ ਧਾਰਾ 432 ਦੇ ਅਧੀਨ ਦਿੱਤੇ ਗਏ ਹਨ। ਅੱਜ ਜਾਣਾ ਹੈ, ਧੰਨਵਾਦ ਕਰਨੇ ਆ ਅਕਾਲ ਪੁਰਖ ਪਰਮੇਸ਼ਰ ਦਾ, ਧੰਨਵਾਦੀ ਹਾਂ ਸਾਰੀ ਸਾਧ ਸੰਗਤ ਦਾ, ਧੰਨਵਾਦ ਕਰਨੇ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਰਿਹਾਅ ਕੀਤਾ ਹੈ। ਪੂਰੀ ਸਜ਼ਾ ਕੱਟ ਚੁੱਕੇ ਹਾਂ, ਸਗੋਂ ਵੱਧ ਕੱਟੀ ਗਈ ਹੈ। ਹੱਕ ਬਣਦਾ ਸੀ, ਬਹੁਤ ਬਹੁਤ ਧੰਨਵਾਦ ਹੈ ਜਿਹੜੀ ਸਾਧ ਸੰਗਤ ਨੇ, ਜਿਨ੍ਹਾਂ ਭਰਾਵਾਂ ਨੇ ਇਸ ਪਾਸੇ ਸਹਿਯੋਗ ਦਿੱਤਾ ਹੈ। ਤਾਂ ਧੰਨਵਾਦੀ ਹਾਂ ਸਿੱਖ ਰਿਲੀਫ ਵਾਲਿਆਂ ਦੇ ਜਿਨ੍ਹਾਂ ਨੇ ਪਰਿਵਾਰ ਦੀ ਜਾਂ ਵਕੀਲਾਂ ਦੀ ਜਾਂ ਹੋਰ ਵੀ ਸਹਾਇਤਾ ਕਰਦੇ ਰਹੇ ਨੇ, ਇਹਨਾਂ ਦੇ ਧੰਨਵਾਦੀ ਹਾਂ। ਜੇਲ੍ਹ ਦੇ ਵਿੱਚ ਅਫਸਰ ਨੇ ਸਟੂਡੈਂਟ ਸਾਹਿਬ ਤਕਰੀਬਨ 17-18 ਸਾਲ ਹੋ ਗਏ ਨੇ ਜਿਹੜੀ ਆਪਾਂ ਕੱਟ ਲਈਏ, ਅਤੇ ਕੱਟਣੀ ਉਹ ਤਾਂ ਸਜ਼ਾ 14 ਸਾਲ ਹੀ ਹੁੰਦੀ ਹੈ, ਬਾਕੀ ਸਰਕਾਰ ਦੀ ਮਰਜ਼ੀ ਹੈ ਜਦੋਂ ਛੱਡੇ। ਸਰਕਾਰ ਤਾਂ ਅਕਾਲੀ ਸਰਕਾਰ ਵੀ ਛੱਡ ਸਕਦੀ ਸੀ, ਪਰ ਇਹਨਾਂ ਨੇ ਨਹੀਂ ਛੱਡਿਆ। ਕਾਂਗਰਸ ਸਰਕਾਰ ਦੀ ਜੋ ਪਹਿਲੋਂ ਸਰਕਾਰ ਆਈ ਸੀ ਉਦੋਂ ਵੀ 25-30 ਬੰਦੇ ਆਪਣੇ ਛੱਡੇ ਸਨ, ਅਤੇ ਹੁਣ ਪਹਿਲੋਂ ਫਿਰੋਜ਼ਪੁਰ ਦਾ ਸਰਵਣ ਸਿੰਘ ਉਹ ਇਹਨਾਂ ਰਿਹਾਅ ਕੀਤਾ ਸੀ ਥੋੜ੍ਹੇ ਮਹੀਨੇ ਪਹਿਲੋਂ, ਹੁਣ ਸਾਡੀ ਰਿਹਾਈ। ਬਸ ਪਰਮਾਤਮਾ ਸੰਭਾਲਣ ਵਾਲਾ ਜਾਂ ਸਿੱਖ ਰਲੀਫ ਵਾਲੇ ਹਨ ਜਾਂ ਹੋਰ ਇਸ ਤਰ੍ਹਾਂ ਮਾਲਕ ਸਾਰਾ ਕੁਛ ਕਰਨ ਵਾਲਾ, ਜਿਹੜੇ ਪੁਲਿਸ ਸੀ ਜਦੋਂ ਪਹਿਲੋਂ ਤਾਂ ਢਾਹ ਢੂਹ ਦਿੱਤੇ ਹਨ, ਮਕਾਨ ਮਕੂਨ ਸਾਰਾ ਕੁਛ ਘਰ ਜਾੜ ਦਿੱਤਾ ਸੀ, ਘਰ ਦਾ ਸਮਾਨ ਵੀ ਚੁੱਕ ਕੇ ਲੈ ਗਏ ਹਨ, ਅਤੇ ਖੇਤਾਂ ਦੇ ਵਿੱਚ ਵੀ ਜੰਗਲ ਬਣ ਗਿਆ ਸੀ। ਤਾਂ ਜਦੋਂ ਪਰਿਵਾਰ ਬੈਠਾ ਸੀ ਫੜੇ ਗਏ ਬੈਠਾ, ਅਤੇ ਉਸ ਟਾਈਮ ਫਿਰ ਮਾਲਕ ਨੇ ਫਿਰ ਮਿਹਰ ਕਰ ਦਿੱਤੀ ਹੈ, ਅਤੇ ਹੁਣ ਬੱਚੇ ਨੇ ਉਹਨਾਂ ਕੋਲ ਜਾਵਾਂਗੇ, ਘਰ ਦਾ ਕੰਮ ਖੇਤੀਬਾੜੀ ਕਰਾਂਗੇ, ਹੋਰ ਕੋਈ ਕਿੱਤਾ ਕਰਾਂਗੇ, ਜਿਹੜਾ ਮਾਲਕ ਦੇ ਨਾਲ ਸੱਚੇ ਪਾਤਸ਼ਾਹ ਨੇ ਬਹੁਤ ਬਹੁਤ ਮਿਹਰਬਾਨੀ ਕੀਤੀ ਹੈ। ਬਾਕੀ ਸਾਰੀ ਸਿੱਖ ਕੌਮ ਦਾ, ਸਿੱਖ ਸੰਗਤ ਦਾ ਸਾਰਿਆਂ ਦਾ ਧੰਨਵਾਦ ਦੀ ਹਾਂ। ਵਾਹਿਗੁਰੂ ਖਾਲਸਾ। ਬਿਊਰੋ ਰਿਪੋਰਟ, ਦਾ ਟੀਵੀ, NRI।